Boys is ready. ਇਹ ਹਨ ਕਿੰਜ਼ਾ। ਇਹਨਾਂ ਦਾ ਖਾਸਾ ਵੱਡਾ ਪਰਿਵਾਰ ਹੈ ਅਤੇ ਸਾਰਾ ਇੱਕੋ ਘਰ 'ਚ ਰਹਿੰਦਾ। ਇਹਨਾਂ ਦੇ ਪਤੀ, ਮੁੰਡਾ, ਮਾਤਾ ਪਿਤਾ, ਸੱਸ ਸਹੁਰਾ ਅਤੇ ਚਾਰ ਭਰਾ ਸਾਰੇ ਇੱਥੇ ਹੀ ਰਹਿੰਦੇ ਨੇ। ਉਹ ਜੋ ਉੱਪਰ ਬੈਡਰੂਮ ਹੈ ਉਹ ਮੇਰੇ ਸੱਸ ਸਹੁਰੇ ਦਾ ਹੈ। ਇੱਥੇ ਸੋਸ਼ਲ ਡਿਸਟੈਂਸਿੰਗ ਦੇ ਜ਼ਿਆਦਾ ਮਾਇਨੇ ਨਹੀਂ ਹਨ ਕਿਉਂਕਿ ਅਸੀਂ ਸਾਰੇ ਇੱਕ ਹੀ ਛੱਤ ਹੇਠਾਂ ਰਹਿੰਦੇ ਹਾਂ। ਸਭ ਦੇ ਵਿਚਾਲੇ ਰਹਿ ਕੇ ਸੋਸ਼ਲ ਡਿਸਟੈਂਸਿੰਗ ਫੋਲੋ ਨਹੀਂ ਕੀਤੀ ਜਾ ਸਕਦੀ। ਇਹ ਕਹਾਣੀ ਬਹੁਤ ਸਾਰੇ ਬ੍ਰਿਟਿਸ਼ ਏਸ਼ੀਆਈ ਲੋਕਾਂ ਦੀ ਹੈ ਜਿੱਥੇ ਇੱਕੋ ਘਰ ਵਿੱਚ ਤਿੰਨ ਚਾਰ ਪੀੜ੍ਹੀਆਂ ਮਿਲ ਕੇ ਰਹਿੰਦੀਆਂ ਨੇ। ਪਰਿਵਾਰ ਨੇ ਰੋਜ਼ਮਰ੍ਹਾ ਦੇ ਕੰਮਾਂ ਲਈ ਇਕੱਠੇ ਹੋਣਾ ਸਿੱਖ ਲਿਆ ਹੈ, ਪਰ ਸਾਰਿਆਂ ਦੇ ਦਿਲਾਂ ਵਿੱਚ ਇੱਕ ਤਰ੍ਹਾਂ ਦਾ ਡਰ ਵੀ ਹੈ। ਅਸੀਂ ਕਈ ਲੋਕਾਂ ਨੂੰ ਜਾਣਦੇ ਹਾਂ ਜਿਨ੍ਹਾਂ ਦੀ ਹਾਲ ਹੀ ਵਿੱਚ ਮੌਤ ਹੋਈ ਹੈ। ਉਹਨਾਂ ਦੇ ਜਨਾਜ਼ੇ ਵਿੱਚ ਸਿਰਫ 5 ਲੋਕ ਹੀ ਸ਼ਰੀਕ ਹੋ ਸਕੇ। ਇੱਕ ਮੁਸਲਮਾਨ ਹੋਣ ਦੇ ਨਾਤੇ ਅਸੀਂ ਇਹ ਜਾਣਦੇ ਹਾਂ ਕਿ ਕਿਸੇ ਵੀ ਜਨਾਜ਼ੇ ਵਿੱਚ 100 ਲੋਕ ਸ਼ਰੀਕ ਹੁੰਦੇ ਹਨ। ਖਦਸ਼ਿਆਂ ਦੇ ਬਾਵਜੂਦ ਇਹ ਪਰਿਵਾਰ ਲਾਕਡਾਊਨ ਦੇ ਵੇਲੇ ਖੁਦ ਨੂੰ ਰੁਝੇਵਿਆਂ ਵਿੱਚ ਰੱਖਣ ਦਾ ਤਰੀਕਾ ਕੱਢ ਰਿਹਾ ਹੈ। ਕੋਰੋਨਾ ਵਾਇਰਸ ਨਾਲ ਲੜਨ ਦੀ ਕੋਸ਼ਿਸ਼ ਕਰਦੇ ਸਥਾਨਕ ਭਾਈਚਾਰੇ ਦੇ ਨੇਤਾਵਾਂ ਲਈ ਬ੍ਰੈਡਫੋਰਡ ਦੀਆਂ ਇਹ ਭੀੜ ਭਾੜ ਵਾਲੀਆਂ ਸੜਕਾਂ ਕਿਸੇ ਚੁਣੌਤੀ ਤੋਂ ਘੱਟ ਨਹੀਂ। The general issue is that ਸੱਚਾਈ ਇਹ ਹੈ ਕਿ ਨੌਜਵਾਨ ਪੀੜ੍ਹੀ ਕੋਵਿਡ-19 ਨੂੰ ਲੈ ਕੇ ਬਹੁਤੀ ਚਿੰਤਤ ਨਹੀਂ, ਪਰ ਖਤਰਾ ਉਦੋਂ ਹੈ ਜਦੋਂ ਇਹ ਲੋਕ ਆਪਣੇ ਘਰ ਜਾਂਦੇ ਨੇ। ਉਦੋਂ ਇਹਨਾਂ ਦੇ ਆਪਣੇ ਮਾਤਾ ਪਿਤਾ ਅਤੇ ਘਰ ਦੇ ਬਜ਼ੁਰਗਾਂ ਨੂੰ ਇਨਫੈਕਸ਼ਨ ਦੇਣ ਦਾ ਖਤਰਾ ਵੱਧ ਜਾਂਦਾ ਹੈ। ਇਸ ਭੀੜ ਭਾੜ ਵਾਲੇ ਇਲਾਕੇ ਅਤੇ ਘਰਾਂ ਦੇ ਵਿੱਚ ਰਹਿਣ ਵਾਲੇ ਪਰਿਵਾਰਾਂ ਦੇ ਪੀੜਿਤ ਹੋਣ ਦਾ ਵੀ ਖਤਰਾ ਜ਼ਿਆਦਾ ਹੈ। ਇਹੀ ਕਾਰਨ ਹੈ ਕਿ ਏਸ਼ੀਆਈ ਮੂਲ ਦੇ ਇਹਨਾਂ ਪਰਿਵਾਰਾਂ ਲਈ ਖੁਦ ਨੂੰ ਕੋਵਿਡ-19 ਦੇ ਖਤਰੇ ਤੋਂ ਬਚਾ ਕੇ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ।